ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਇੱਕ ਵਾਰ ਫਿਰ ਤੋਂ ਕੈਨੇਡਾ ਦਾ ਸਟੱਡੀ ਵੀਜ਼ਾ, ਇਹ ਹੈ ਜੀ ਗੁਰਲੀਨ ਕੌਰ ਜਿਨ੍ਹਾਂ ਦਾ ਕੈਨੇਡਾ ਦਾ ਸਟੱਡੀ ਵੀਜ਼ਾ ਗ੍ਰਾਂਟ ਹੋਇਆ। ਸੋ ਮੁਬਾਰਕਾਂ ਮੈਡਮ, ਐਂਡ ਮੈਨੂੰ ਇਹ ਦੱਸੋ ਤੁਹਾਡੀ ਸਟੱਡੀ ਕੀ ਸੀਗੀ? ਸਰ ਮੈਂ ਪਲੱਸ 2 ਕੀਤੀ ਸੀ 2022 ਚ, ਐਂਡ ਦੈਨ ਮੈਂ ਆਈਐਲਟੀਐਸ ਕੀਤੀ ਸੀ ਜਿਹਦੇ ਚ ਮੇਰੇ 6 ਬੈਂਡ ਆ। ਓਕੇ, 2022 ਦੇ ਵਿੱਚ ਤੁਸੀਂ ਪਲੱਸ 2 ਕੀਤੀ ਸੀ। ਤੁਹਾਨੂੰ ਓਮ ਗਲੋਬਲ ਬਾਰੇ ਕਿੱਦਾਂ ਪਤਾ ਲੱਗਾ ਸੀਗਾ? ਸਰ ਮੈਨੂੰ ਮੇਰੇ ਫਰੈਂਡ ਨੇ ਸਜੈਸਟ ਕੀਤਾ ਸੀਗਾ ਤੁਹਾਡੇ ਬਾਰੇ, ਐਂਡ ਬਸ ਮੈਂ ਇੰਸਟਾਗ੍ਰਾਮ ਤੋਂ ਵੀ ਦੇਖਿਆ ਸੀਗਾ ਕਾਫੀ ਵੀਜ਼ੇ ਆ ਰਹੇ ਨੇ। ਓਕੇ, ਸੋ ਫਸਟ ਟਾਈਮ ਤੁਸੀਂ ਆਏ ਮੇਰੇ ਕੋਲ USA ਲਈ ਸੀਗੇ, ਬਟ ਵੀਜ਼ਾ ਗ੍ਰਾਂਟ ਹੋਇਆ ਇਹਨਾਂ ਦਾ ਕੈਨੇਡਾ ਦਾ, ਉਹ ਕੀ ਸਟੋਰੀ ਹੈਗੀ ਹੈ? ਸਰ ਮੈਂ ਮਤਲਬ USA ਬਾਰੇ ਆਈ ਸੀਗੀ ਤੁਹਾਡੇ ਕੋਲ, ਅਤੇ ਬਟ ਅਨਫੋਰਚੁਨੇਟਲੀ ਮੇਰੀ ਅਪੋਇੰਟਮੈਂਟ ਨਹੀਂ ਆਈ USA ਦੀ, ਐਂਡ ਦੈਨ ਫਿਰ ਕੈਨੇਡਾ ਦਾ ਲਗਾਇਆ। ਇਹ ਬਹੁਤ ਵੱਡੀ ਚੀਜ਼ ਹੈਗੀ ਹੈ, ਕਰਮਾਂ ਦੀ ਖੇਡ ਹੈਗੀ ਹੈ, ਜਿੱਥੇ ਬੰਦੇ ਦੇ ਕਰਮ ਲਿਖੇ ਆ ਬੰਦੇ ਨੇ ਜਾਣਾ ਉੱਥੇ ਹੀ ਹੁੰਦਾ। ਸੋ ਫਿਰ ਇੱਕ ਵਾਰ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ, ਇਹ ਤੁਹਾਡੇ ਫਾਦਰ ਸਾਹਿਬ ਆ। ਸਤਿ ਸ਼੍ਰੀ ਅਕਾਲ ਜੀ। ਸੋ ਤੁਸੀਂ ਮੈਨੂੰ ਇੱਕ ਵਾਰ ਦੱਸੋ ਤੁਹਾਨੂੰ ਓਮ ਗਲੋਬਲ ਦੀ ਸਰਵਿਸ ਕਿੱਦਾਂ ਦੀ ਲੱਗੀ? ਸਾਨੂੰ ਬਹੁਤ ਵਧੀਆ ਲੱਗਾ ਜੀ, ਸਾਡੀ ਬੇਟੀ ਦਾ ਤੁਸੀਂ ਵੀਜ਼ਾ ਲਗਾਇਆ ਔਰ ਛੇਤੀ ਛੇਤੀ ਲਗਵਾਤਾ ਜੀ। ਸੋ ਮੇਰੇ ਹਿਸਾਬ ਨਾਲ ਤੁਸੀਂ ਜਿੱਦਾਂ ਮੈਨੂੰ ਦੱਸ ਰਹੇ ਹੋ ਬੜੀ ਦੂਰੋਂ ਚੱਲ ਕੇ ਆਏ, ਕਿੱਥੋਂ ਆਏ ਤੁਸੀਂ? ਅਸੀਂ ਚੱਲ ਕੇ ਆਏ ਜੀ ਗਾਂਧੀਵਾਲਾ। ਓਕੇ ਓਕੇ ਓਕੇ, ਫਿਰ ਐਡੀ ਦੂਰੋਂ ਚੱਲ ਕੇ ਓਮ ਗਲੋਬਲ ਬਾਰੇ ਕਿੱਦਾਂ, ਤੁਹਾਡਾ ਕੀ ਸੀਗਾ ਸੁਜੈਸ਼ਨ ਜਦੋਂ ਇਹਨਾਂ ਨੇ ਤੁਹਾਨੂੰ ਓਮ ਗਲੋਬਲ ਬਾਰੇ ਦੱਸਿਆ? ਹਾਂਜੀ, ਅਸੀਂ ਪੜ੍ਹਦੇ ਰਹੇ ਹਾਂ ਤਾਂ ਟੀਵੀ ਵੀ ਦੇਖਦੇ ਰਹੇ ਹਾਂ। ਅੱਛਾ, ਟੀਵੀ ਤੇ ਵੀ ਦੇਖਦੇ ਸੀ? ਹਾਂਜੀ ਹਾਂਜੀ। ਸੋ ਬਹੁਤ ਵੱਡੀ ਚੀਜ਼ ਹੈਗੀ ਇਹ, ਜਦੋਂ ਕੋਈ ਬੰਦਾ ਕਿਤੋਂ ਵੀ ਸਾਡੀ ਚੀਜ਼ ਦੇਖ ਕੇ ਆਉਂਦਾ ਜਾਂ ਸਾਡੀ ਵੀਡੀਓਜ਼ ਵਗੈਰਾ ਦੇਖ ਕੇ ਆਉਂਦਾ, ਸੋ ਉਹਦੇ ਵਿੱਚ ਅਸੀਂ ਬੰਦੇ ਨੂੰ ਦਿਖਾਉਂਦੇ ਹਾਂ, ਵੀਡੀਓ ਦਿਖਾਉਂਦੇ ਹਾਂ, ਵੀਜ਼ਾਸ ਦਿਖਾਉਂਦੇ ਹਾਂ, ਉੱਥੋਂ ਦੇਖ ਕੇ ਇੰਸਪਾਇਰ ਹੋ ਗਏ, ਮੇਰੇ ਕੋਲ ਆਏ ਸੀਗੇ। ਸੋ ਅੱਜ ਇਹਨਾਂ ਦਾ ਕੈਨੇਡਾ ਦਾ ਵੀਜ਼ਾ ਗ੍ਰਾਂਟ ਹੋਇਆ, ਬਹੁਤ ਬਹੁਤ ਮੁਬਾਰਕਾਂ ਪੂਰੀ ਫੈਮਿਲੀ ਨੂੰ। ਸੋ ਤੁਸੀਂ ਬਾਕੀ ਕਿਸੇ ਨੂੰ ਕੋਈ ਰਿਕਮੈਂਡ ਕਰਨਾ ਚਾਹੁੰਦੇ ਹੋ? ਹਾਂਜੀ, ਮੈਂ ਚਾਹੁੰਦੀ ਹਾਂ ਕਿ ਜਿੱਥੇ ਅੱਜ ਮੈਂ ਖੜੀ ਉੱਥੇ ਤੁਸੀਂ ਵੀ ਖੜੇ ਹੋ ਸਕਦੇ ਆ, ਤੋ ਜਲਦੀ ਤੋਂ ਜਲਦੀ ਓਮ ਗਲੋਬਲ ਨਾਲ ਆਪਣਾ ਕੰਟੈਕਟ ਕਰੋ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ।